ਕਰਮਜੀਤ ਸਿੰਘ ਔਜਲਾ ਦੀ ਕਹਾਣੀ ਭੇਦ ਉਹ ਦੁਪਹਿਰ ਦੀ ਰੋਟੀ ਖਾਣ ਬਾਅਦ ਲੇਟਦੇ ਅੰਸਾਰੀ ਸੌਂ ਗਿਆ ਭਾਵੇਂ ਅੱਜ ਐਤਵਾਰ ਦੀ ਛੁੱਟੀ ਸੀ ਪਰ ਸਵੇਰ ਤੋਂ ਹੀ ਉਹਨੂੰ ਬਹੁਤ ਥਾਵਾਂ ਤੇ ਜਾਣਾ ਪਿਆ ਮਾਡਲ ਟਾਊਨ ਦੇ ਗੁਰਦੁਆਰੇ ਇੱਕ ਦੋਸਤ ਦੇ ਪਿਤਾ ਦਾ ਭੋਗ ਸੀ ਜੋ ਉਹਨਾਂ ਨੇ ਰੌਲੇ ਰੱਪਿਆਂ ਕਾਰਨ ਦੂਸਰੇ ਸ਼ਹਿਰਾਂ ਤੋਂ ਆਉਣ ਵਾਲਿਆਂ ਦੀ ਸਹੂਲਤ ਕਰਨ ਸਵੇਰੇ 11 ਵਜੇ ਹੀ ਪਾ ਲਿਆ ਸੀ ਉਸ ਤੋਂ ਪਹਿਲਾਂ ਉਹ ਇੱਕ ਹੋਰ ਦੋਸਤ ਦੇ ਪੁੱਤਰ ਦੀ ਜੰਜੇ ਵੀ ਸ਼ਰੀਕ ਹੋ ਆਇਆ ਸੀ ਇਸ ਖੁਸ਼ੀ ਦੇ ਮੌਕੇ ਤੇ 21 ਰੁਪਏ ਸ਼ਗਨ ਵੀ ਪਾ ਆਇਆ ਸੀ ਮੋਲ ਟਾਊਨ ਭੋਗ ਤੋਂ ਮੁੜਦਿਆਂ ਰਾਹ 'ਚ ਆਪਣੇ ਇੱਕ ਹਮ ਪੇਸ਼ਾ ਦੇ ਪੋਤੇ ਦੇ ਜਨਮ ਤੇ ਵਧਾਈ ਵੀ ਦੇ ਆਇਆ ਸੀ ਰਾਹ 'ਚ ਗ੍ਰੀਨ ਪਾਰਕ ਪੈਂਦਾ ਸੀ ਉੱਥੇ ਰਹਿਣ ਵਾਲਾ ਇੱਕ ਦੋਸਤ ਆਪਣੇ ਲੜਕੇ ਦਾ ਰਿਸ਼ਤਾ ਉਹਦੀ ਜਾਣ ਪਛਾਣ ਵਾਲੀ ਇੱਕ ਜਲੰਧਰ ਨਿਵਾਸੀ ਦੀ ਲੜਕੀ ਨਾਲ ਕਰਨ ਬਾਰੇ ਸਲਾਹ ਪੱਕੀ ਕਰ ਹੀ ਚੁੱਕਾ ਸੀ ਜੋ ਉਹਨੂੰ ਕਿਸੇ ਪੁਰਾਣੀ ਖਹਿ ਕਰਨ ਪਸੰਦ ਨਹੀਂ ਸੀ ਉੱਥੇ ਜਿੱਦਾਂ ਕਿ ਦੰਪਾਨੀ ਵੀ ਮਾਰ ਆਇਆ ਸੀ ਆਉਂਦਾ ਹੋਇਆ ਇਸ ਤਰ੍ਹਾਂ ਚੱਲ ਰਹੇ ਸੰਸਾਰ ਦਾ ਇਹ ਸੰਸਾਰੀ ਜੀਵ ਮਈ ਦੀ ਤਪਦੀ ਦੁਪਹਿਰ 'ਚ ਥੱਕ ਟੁੱਟ ਕੇ ਆਖਰ ਘਰ ਆ ਪਹੁੰਚਿਆ। ਘਰ ਵਾਲੀ ਨੇ ਰੋਟੀ ਖਵਾਈ, ਥਕਾਵਟ ਤੇ ਖਾਣੇ ਦੀ ਘੂਕੀ ਨਹੀਂ। ਉਹਨੂੰ ਝਾਟੀ ਨੀਂਦ ਦੀਆਂ ਬਾਹਾਂ 'ਚ ਝੁਲਾ ਦਿੱਤਾ ਤੇ ਉਹਦੇ ਗੁੱਸੇ ਤੋਂ ਸਦਾ ਡਰਨ ਵਾਲੀ ਪਤਨੀ ਨੇ ਤਿੰਨਾਂ ਬੱਚਿਆਂ ਨੂੰ ਸਖਤ ਤਾੜਨਾ ਕਰ ਦਿੱਤੀ ਸੀ ਵੀ ਡੈਡੀ ਥੱਕ ਕੇ ਸੁੱਤੇ ਹੋਏ ਐ। ਕੋਈ ਰੌਲਾ ਨਾ ਪਾਵੇ। ਉਹ ਕੁਝ ਦਿਨ ਸੁੱਤਾ ਰਿਹਾ, ਸ਼ਾਇਦ ਅੱਧਾ ਘੰਟਾ। ਤਾਂ ਹੀ ਉਹ ਇੱਕ ਆਵਾਜ਼ਾਂ ਦੇ ਸਮੂਹ ਕਾਰਨ ਜੋ ਉਹਦੇ ਕਮਰੇ 'ਚ ਗੂੰਜ ਉਠੀਆਂ ਸਨ। ਤਰਬਕੇ ਉੱਠ ਬੈਠਾ ਡਰਿਆ ਹੋਇਆ ਕਿਸੇ ਪ੍ਰਤੱਖ ਪਰ ਅਣਜਾਣੇ ਭੈਕਰ ਨੂੰ ਡਰ ਕੇ ਜਦ ਕਦੇ ਵੀ ਇਹੋ ਜਿਹੀਆਂ ਆਵਾਜ਼ਾਂ ਸੁਣਦਾ ਤਾਂ ਆਉਣ ਵਾਲਾ ਡਰ ਉਹਦੀ ਬਹੁਤ ਹੀ ਬੁਰੀ ਦਸ਼ਾ ਕਰ ਦਿੰਦਾ ਇਹਨਾਂ ਆਵਾਜ਼ਾਂ ਨਾਲ ਉਹਨੂੰ ਇੱਕ ਤਫਨੀਅਰ ਸਪਨ ਨਜ਼ਰ ਆਉਣ ਲੱਗ ਪੈਂਦਾ ਤੇ ਨਾਲ ਹੀ ਆਪ ਤ ਸਵਾਦ ਕੜਾ ਪ੍ਰਸ਼ਾਦ ਦੀ ਖੁਸ਼ਬੂ ਆਉਣ ਲੱਗ ਪੈਂਦੀ ਤੇ ਸਭ ਤੋਂ ਦਰਦਨਾਕ ਇੱਕ ਕੁੜੀ ਸਵਰਨੀ ਦੇ ਬਚਪਨ ਦੀ ਤਸਵੀਰ ਉਹਦੇ ਸਾਹਮਣੇ ਆ ਕੇ ਬੜੇ ਦੁਖੀ ਹਾਲਤ ਰੋਣ ਲੱਗ ਪੈਂਦੀ ਇਸ ਤਰ੍ਹਾਂ ਕਈ ਵਾਰ ਹੋ ਚੁੱਕਾ ਹੈ ਹੁਣ ਤਾਂ ਇਹ ਬਹੁਤ ਵੱਧ ਗਿਆ ਹੈ ਉਹਦੇ ਕੋਲੋਂ ਕਾਲੇ ਫਨੀਅਰ नाग ਤੇ ਕਿਸੇ ਅਸੀਮ ਦੁੱਖ ਚ ਰੋਂਦੀ ਸਵਰਨੀ ਦਾ ਇਹ ਦ੍ਰਿਸ਼ ਹੁਣ ਬਰਦਾਸ਼ਤ ਨਹੀਂ ਹੁੰਦਾ ਇਹ ਕੜਾ ਪ੍ਰਸ਼ਾਦ ਦੀ ਖੁਸ਼ਬੂ ਇਹਦਾ ਕੀ ਭੇਦ ਹੈ ਉਹ ਬਹੁਤ ਪਰੇਸ਼ਾਨ ਰਹਿੰਦਾ ਤੇ ਉਹਨੂੰ ਲੱਗਦਾ ਕਾਲਾ ਨਾਗ ਉਹਨੂੰ ਹੁਣ ਲੜਿਆ ਕਿ ਲੜਿਆ ਤੇ ਸਵਰਨੀ ਦਾ ਰੋਦਨ ਉਹਦਾ ਆਪਣਾ ਰੁਦਨ ਬਣ ਜਾਏਗਾ ਇਹ ਸਭ ਕੁਝ ਕੀ ਹੈ ਤੇ ਉਹ ਕੜਾ ਪ੍ਰਸ਼ਾਦ ਦੀ ਖੁਸ਼ਬੂ ਉੱਤਰਭ ਕੇ ਬੈੱਡ ਤੋਂ ਉੱਠ ਬੈਠਾ ਸੀ ਉਹਦੀ ਪਤਨੀ ਰਸੋਈ 'ਚ ਕੰਮ ਕਰ ਰਹੀ ਸੀ ਉਹ ਸਾਹਮਣੇ ਪਏ ਟਰਾਂਜਿਸਟਰ ਵੱਲ ਵੇਖੀ ਜਾ ਰਿਹਾ ਸੀ ਤੇ ਡਰ ਨਾਲ ਕੰਬੀ ਜਾ ਰਿਹਾ ਸੀ ਇਸ ਟਰਾਂਜਿਸਟਰ ਨੂੰ ਉਹਦਾ ਇਕਲੌਤਾ ਬੇਟਾ ਔਨ ਕਰ ਗਿਆ ਸੀ ਆਪਣੀ ਮਾਂ ਦੀ ਹਿਦਾਇਤ ਦੇ ਬਾਵਜੂਦ ਕਿ ਡੈਡੀ ਥੱਕੇ ਐ ਤੇ ਸੌਂ ਰਹੇ ਐ ਦੋ ਕੁੜੀਆਂ ਦਾ ਇਹੋ ਜਿਹਾ ਦਸਾਹਸ ਕਦੀ ਨਹੀਂ ਕਰ ਸਕਦੀਆਂ ਪਰ ਇਕਲੌਤੇ ਮੁੰਡੇ ਤੇ ਤਾਂ ਕਿਸੇ ਤਰ੍ਹਾਂ ਦਾ ਡਿਸਪਲਿਨ ਲਾਗੂ ਹੋ ਹੀ ਨਹੀਂ ਸਕਦਾ ਉਹਨੇ ਡੈਡੀ ਦੀ ਥਕਾਵਟ ਦੀ ਪਰਵਾਹ ਕੀਤੇ ਬਗੈਰ ਟਰਾਂਜਿਸਟਰ ਚਲਾ ਦਿੱਤਾ ਸੀ ਤੇ ਉਸ ਵਕਤ ਆਲ ਇੰਡੀਆ ਰੇਡੀਓ ਤੋਂ ਜਿਹੜਾ ਗਾਣਾ ਆ ਰਿਹਾ ਸੀ ਉਹਦੇ 'ਚ ਵੱਜਣ ਵਾਲੇ ਸਾਜ਼ ਕੁਝ ਹਾਰਮੋਨੀਅਮ ਤੇ ਬੀਨ ਦੀ ਆਵਾਜ਼ ਨਾਲ ਮਿਲਦੇ ਜੁਲਦੇ ਸਨ ਕੋਈ ਉਦਾਸੀ ਭਰਿਆ ਦਰਦਨਾਕ ਗੀਤ ਕਿਸੇ ਇਸਤਰੀ ਦੀ ਆਵਾਜ਼ ਵਿੱਚ ਸੀ ਇਸ ਗੀਤ ਨੇ ਉਹਦੀ ਨੀਂਦ ਭੰਗ ਕਰਕੇ ਉਹਦੇ ਸਾਹਮਣੇ ਕਾਲਾ ਨਾਗ ਫਣ ਫੈਲਾਈ ਰੋਂਦੀ ਸਵਰਨੀ ਲੈ ਆਂਦੀ ਸੀ ਨਸਾਂ 'ਚ ਕੜਾ ਨਹੀਂ ਸਵਾਦ ਲਈ ਕੜਾ ਪ੍ਰਸ਼ਾਦ ਜੋ ਕੇਵਲ ਗੁਰਦੁਆਰੇ 'ਚ ਹੀ ਮਿਲਦਾ ਹੈ ਦੀ ਖੁਸ਼ਬੂ ਭਰ ਦਿਤੀ ਸਭ ਕੁਝ ਬਹੁਤ ਡਰਾਵਣਾ ਸੀ ਉਸ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਉਹਦਾ ਜੀ ਕੀਤਾ ਉਹ ਆਪਣੀ ਪਤਨੀ ਨੂੰ ਆਵਾਜ਼ ਦੇਵੇ ਤੇ ਆਖੇ ਕਿ ਉਹ ਟ੍ਰਾਂਜਿਸਟਰ ਬੰਦ ਕਰ ਦੇ ਉਹਦੀ ਆਵਾਜ਼ ਨਾ ਨਿਕਲੀ ਉਹ ਆਪਣਾ ਸਰੀਰ ਕਸੀਟਦਾ ਹੋਇਆ ਰੇਡੀਓ ਤੱਕ ਪਹੁੰਚਾ ਪਹੁੰਚਾ ਤੇ ਉਹਨੂੰ ਬੰਦ ਕਰਨ ਤੇ ਕੁਝ ਰਾਹਤ ਮਿਲੀ ਕਾਲਾ ਨਾਗ ਤੇ ਰੋਂਦੀ ਸਵਰਣੀ ਤੇ ਕੜਾ ਪ੍ਰਸ਼ਾਦ ਦੀ ਖੁਸ਼ਬੂ ਇਹ ਕੀ ਭੇਤ ਸੀ ਇੰਨਾ ਭਿਆਨਕ ਕਿਉਂ ਹੈ ਸਭ ਕੁਝ ਇੰਨਾ ਸਧਾਰਨ ਹੋ ਕੇ ਵੀ ਉਹਨੂੰ ਕਦੀ ਸਮਝ ਨਾ ਆਉਂਦੀ ਜੋ ਇਸ ਹੱਬ ਦਾ ਕੋਈ ਇਲਾਜ ਨਾ ਕਰ ਸਕਿਆ ਤਾਂ ਉਹਨੂੰ ਯਕੀਨ ਹੋ ਗਿਆ ਸੀ ਕਿ ਨਾਗ ਉਹਨੂੰ ਡੱਸ ਦੇਗਾ ਤੇ ਉਹ ਮਰ ਜਾਏਗਾ ਤੇ ਉਹਦੇ ਮਰਨ ਤੇ ਸਵਰਨੀ ਇਸੇ ਤਰ੍ਹਾਂ ਹੀ ਰਵੇਗੀ ਤੇ ਉਹਦੇ ਭੋਗ ਤੇ ਇਹੋ ਜੀ ਖੁਸ਼ਬੂ ਵਾਲਾ ਕੜਾ ਪ੍ਰਸ਼ਾਦ ਉਹਦੇ ਘਰ ਵਾਲਿਆਂ ਵੱਲੋਂ ਕਰਾਇਆ ਜਾਏਗਾ ਤੇ ਉਹਦੀ ਕਹਾਣੀ ਸਦਾ ਲਈ ਖਤਮ ਹੋ ਜਾਏਗੀ ਉੱਠ ਕੇ ਰੇਡੀਓ ਬੰਦ ਕਰਕੇ ਫਿਰ ਵਾਪਸ ਬੈੱਡ ਤੇ ਆ ਕੇ ਬਹਿ ਗਿਆ ਚਾਹੀ ਇਸ ਪਰੇਸ਼ਾਨੀ ਕਰਕੇ ਉਹਦੀ ਨੀਂਦ ਟੁੱਟ ਤਾਂ ਗਈ ਸੀ ਪਰ ਸੁਤ ਨੀਂਦਰਾ ਉਹਦੇ ਉੱਤੇ ਅਜੇ ਵੀ ਭਾਰੂਈ ਸੀ ਅੱਖਾਂ 'ਚ ਨੀਂਦ, ਸਰੀਰ 'ਚ ਸੁਸਤੀ, ਮਨ 'ਚ ਸਵਾਲ ਕਿ ਸਵਰਣੀ ਹਾਰਮੋਨੀਅਮ ਦੀਆਂ ਸੁਰਾਂ ਤੇ ਕੜਾ ਪ੍ਰਸ਼ਾਦੀ ਖੁਸ਼ਬੂ ਦਾ ਕੀ ਭੇਦ ਹੈ? ਕਾਲਾ ਫਨੀਅਰ ਸਾਪ ਨੂੰ ਕਿਉਂ ਦਿਸਦਾ ਹੈ? ਇਹਨਾਂ ਸਾਰਿਆਂ ਦਾ ਆਪੋ ਵਿੱਚ ਤੇ ਉਹਦੇ ਨਾਲ ਕੀ ਸੰਬੰਧ ਹੈ? ਚਲਦੇ ਪੱਖੇ ਦੀ ਹਵਾ ਉਹਦੀ ਨੀਂਦ ਵਾਲੀ ਸੁਸਤੀ ਨੂੰ ਹੋਰ ਵਧਾ ਰਹੀ ਸੀ। ਉਹਦੀਆਂ ਅੱਖਾਂ ਪਾਰੀਆਂ ਹੋ ਗਈਆਂ। ਉਹ ਅਧ ਨੀਂਦਰੇ ਦੀ ਅਵਸਥਾ 'ਚ ਆ ਗਿਆ। ਉਹਦੀਆਂ ਅੱਖਾਂ ਬੰਦ ਉਹਦੀਆਂ ਬੰਦ ਅੱਖਾਂ ਅੱਗੇ ਇਕ ਦ੍ਰਿਸ਼ ਉਭਰਨ ਲੱਗ ਪਿਆ ਸਭ ਤੋਂ ਪਹਿਲਾਂ ਉਹਨੇ ਸਾਹਮਣੇ ਸਵਰਨੀ ਆਪਰਗਟ ਹੋਈ ਸੀ ਇਹ ਰੋਂਦੀ ਸਵਰਨੀ ਨਹੀਂ ਸੀ ਬਲਕਿ ਚੁੱਪ ਤੇ ਗੰਭੀਰ ਸਵਰਨੀ ਸੀ ਤੂੰ ਮੇਰੇ ਰੋਂ ਬਾਰੇ ਜਾਣਨਾ ਚਾਹੁੰਦਾ ਹੈ ਨਾ ਸਵਰਨੀ ਨੇ ਉਹਨੂੰ ਪੁੱਛਿਆ ਸੀ ਹਾਂ ਉਹ ਜਵਾਬ ਚ ਬੋਲਿਆ ਯਾਦ ਕਰ ਜਦ ਤੂੰ ਤੀਸਰੀ ਚ ਪੜਦਾ ਹੁੰਦਾ ਸੀ ਮੈਂ ਤੇਰੇ ਨਾਲੋਂ ਤਿੰਨ ਸਾਲ ਵੱਡੀ ਹਾਂ ਨਾ ਇੱਕ ਦਿਨ ਕੱਤੇ ਦੇ ਮਹੀਨੇ ਦੀ ਗੱਲ ਆ ਮੈਂ ਕੁਝ ਵੱਡੀਆਂ ਜਨਾਨੀਆਂ ਨਾਲ ਆਪਣੇ ਵੇੜੇ 'ਚ ਬੂਰੀ ਵਿਛਾਈ ਆਪਣੀ ਚਰਖੀ ਤੇ ਮੋਟਾ-ਮੋਟਾ ਸੂਤ ਘੱਤ ਰਹੀ ਸੀ ਤਾਂ ਹੀ ਇੱਕ ਜੋਗੀ ਆਇਆ ਸੀ ਤੇ ਤੂੰ ਤੇ ਮੇਰਾ ਵੱਡਾ ਭਰਾ ਤਾਰ ਉਹਦੇ ਕੋਲੋਂ ਸੱਪ ਵੇਖਣਾ ਚਾਹੁੰਦੇ ਸੀ ਯਾਦ ਹੈ ਨਾ ਉਹ ਬੋਲਦੀ-ਬੋਲਦੀ ਰੁਕੀ ਹਾਂ ਯਾਦ ਹੈ ਬਾਹਰ ਗਲੀ 'ਚ ਗਿੱਲੀ ਥਾਂ ਸੀ ਜੋਗੀ ਆਪ ਤਾਂ ਬਹਿ ਗਿਆ ਸੀ ਪਰ ਜਦੋਂ ਪਟਾਰੇ 'ਚੋਂ ਸੱਪ ਕੱਢਣ ਲੱਗਾ ਤਾਂ ਠੰਡਾ ਤੇ ਗਿੱਲਾ ਥਾਂ ਸੱਪ ਲਈ ਠੀਕ ਨਹੀਂ ਸੀ ਲੱਗਾ ਉਹ ਫਿਰ ਚੁੱਪ ਹੋਈ ਫਿਰ ਉਹਨੇ ਸਵਾਲ ਨਹੀਂ ਪੁੱਛਿਆ ਫਿਰ ਮੇਰਾ ਤਾਰ ਭਰਾ ਅੰਦਰ ਆਇਆ ਉਹਨੇ ਮੇਰੇ ਕੋਲੋਂ ਬੋਰੀ ਮੰਗੀ ਜਿਹੜੀ ਮੈਂ ਆਪਣੀ ਛੋਟੀ ਜੀ ਚਰਖੀ ਖੇਠਾਂ ਵਿੱਚ ਛਾਈ ਸੀ ਫਿਰ ਫਿਰ ਕੀ ਮੈਂ ਬੋਰੀ ਦੇਣ ਤੋਂ ਨਾ ਕੀਤੀ ਤਾਰ ਨੇ ਮੇਰੇ ਲੱਕ 'ਚ ਇੱਕ ਜ਼ੋਰ ਦੀ ਮੁੱਕੀ ਮਾਰੀ ਤੇ ਬੋਰੀ ਧੂਕੇ ਲੈ ਗਿਆ ਉਹਨੇ ਬੋਰੀ ਜੋਗੀ ਨੂੰ ਦਿੱਤੀ ਜੋਗੀ ਨੇ ਬੋਰੀ ਵਿਛਾਈ ਉਹਦੇ ਤੇ ਸੱਪ ਨੂੰ ਪਟਾਰੇ 'ਚੋਂ ਕੱਢ ਕੇ ਰੱਖ ਦਿੱਤਾ ਜੋਗੀ বীਣ ਵਜਾਉਂਦਾ ਰਿਹਾ ਸੱਪ ਆਪਣਾ ਫਨ ਹਿਲਾਉਂਦਾ ਰਿਹਾ ਮੈਂ ਰੋਂਦੀ ਰਹੀ ਤੇ ਤੂੰ ਸਭ ਕੁਝ ਵੇਖਦਾ ਤੇ ਸੁਣਦਾ ਰਿਹਾ ਸਵਰਨੀ ਉਹਦੇ ਵੱਲ ਮੁਸਕਰਾ ਕੇ ਵੇਖਦੀ ਹੋਈ ਚੁੱਪ ਹੋ ਗਈ ਸਦਾਈ ਰੋਂਦੀ ਦਿਸਣ ਵਾਲੀ ਸਵਰਨੀ ਉਹਨੂੰ ਮੁਸਕਰਾਉਂਦੀ ਹੋਈ ਬੜੀ ਮਹਾਨ ਲੱਗੀ ਸੀ ਤੇ ਉਹ ਹਾਰਮੋਨੀਅਮ ਦੀਆਂ ਸੁਰਾਂ ਤੇ ਕੜਾ ਪ੍ਰਸ਼ਾਦੀ ਖੁਸ਼ਬੂ ਉਹਨੇ ਸਵਰਨੀ ਅੱਗੇ ਅਗਲਾ ਸਵਾਲ ਪਾਇਆ ਤੂੰ ਵੱਡਾ ਹੋ ਗਿਆ ਸੀ ਕੋਈ 25 ਸਾਲਾਂ ਦਾ ਐਵੇਂ ਕਰਕੇ ਤੂੰ ਬਾਬਾ ਬਕਾਲੇ ਅੰਗਰੇਜ਼ੀ ਦਾ ਮਾਸਟਰ ਲੱਗ ਗਿਆ ਸੀ ਇੱਕ ਵਾਰ ਵੱਡੇ ਦਿਨਾਂ ਦੀਆਂ ਛੁੱਟੀਆਂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਹਨਾਂ ਛੁੱਟੀਆਂ 'ਚ ਹੀ ਆ ਗਿਆ ਸੀ ਗੁਰਦੁਆਰੇ ਚੱਖਣ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਹੋ ਰਿਹਾ ਸੀ ਹਾਰਮੋਨੀਅਮ ਦੀਆਂ ਸੁਰਾਂ 'ਚੋਂ ਕਦੀ ਕਦੀ ਬੀਨ ਦੀ ਆਵਾਜ਼ ਨਾਲ ਮਿਲਦੀ ਹੋਈ ਸੁਰ ਵੀ ਨਿਕਲਦੀ ਸੀ ਕੋਲ ਪਈ ਹੋਈ ਦੇਗ ਚੋਂ ਕੜਾ ਪ੍ਰਸ਼ਾਦ ਦੀ ਖੁਸ਼ਬੂ ਵੀ ਆ ਰਹੀ ਸੀ ਯਾਦ ਹੈ ਨਾ ਸਭ ਕੁਝ ਸਵਰਨੀ ਨੇ ਫੇਰ ਮੁਸਕਰਾਉਂਦੀ ਹੋਈ ਨੇ ਉਹਨੂੰ ਪੁੱਛਿਆ ਸੀ ਹਾਂ ਹਾਂ ਯਾਦ ਆਇਆ ਤੇ ਉਸ ਵਕਤ ਤੂੰ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਮੱਥਾ ਟੇਕਿਆ ਸੀ ਤੇਰੇ ਚਿਹਰੇ ਤੇ ਉਸ ਵਕਤ ਦੀ ਉਦਾਸੀ ਦੇ ਚਿੰਨ ਮੈਨੂੰ ਅਜੇ ਤੱਕ ਯਾਦ ਨੇ ਉਹਨੇ ਕਾਹਲੀ ਕਾਹਲੀ ਕਿਹਾ ਉਹ ਉਦਾਸੀ ਦੇ ਚਿੰਨ ਨਹੀਂ ਸੀ ਉਹ ਤਾਂ ਦੁੱਖ ਦੀ ਪੱਕੀ ਯਾਦਗਾਰ ਬਣ ਗਈ ਸੀ ਮੇਰੇ ਚਿਹਰੇ ਤੇ ਜੀਵਨ ਉੱਥੇ ਤੂੰ ਮੈਨੂੰ 6 ਮਹੀਨੇ ਪਹਿਲਾਂ ਰੋਂਦੀ ਤੇ ਪਿੱਟਦੀ ਨੂੰ ਵੇਖਿਆ ਸੀ ਜਦੋਂ ਮੇਰਾ ਘਰ ਵਾਲਾ ਤੇ ਮੇਰੀ ਇੱਕ ਧੀ ਇਕੱਠੇ ਹੀ ਮਰ ਗਏ ਸੀ ਬਿਜਲੀ ਦਾ ਕਰੰਟ ਲੱਗਣ ਨਾਲ ਉਹ ਫਿਰ ਚੁੱਪ ਹੋ ਗਈ ਤੇ ਹੁਣ ਉਹਦੇ ਬੁੱਲਾਂ ਤੇ ਮੁਸਕਾਨ ਨਹੀਂ ਸੀ ਹਾਂ ਜਦੋਂ ਤੂੰ ਮੱਥਾ ਟੇਕ ਰਹੀ ਸੀ ਮੈਨੂੰ ਤੇਰਾ ਉਹ ਰੋਣਾ ਤੇ ਪਿੱਟਣਾ ਯਾਦ ਆਇਆ ਸੀ ਠੀਕ ਨਾਲੇ ਤੈਨੂੰ ਉਸ ਵਕਤ ਕੜਾ ਪ੍ਰਸ਼ਾਦ ਦੀ ਖੁਸ਼ਬੂ ਤੇ ਹਾਰਮੋਨੀਅਮ ਦੀਆਂ ਸੁਰਾਂ ਦਾ ਵੀ ਖਿਆਲ ਸੀ ਹਾਂ ਹਾਂ ਮੇਰੇ ਭਰਾ ਤਾਰ ਨੇ ਜਦੋਂ ਮੇਰੇ ਲੱਕ 'ਚ ਮੁੱਕੀ ਮਾਰੀ ਸੀ ਮੈਂ ਕਿੰਨਾ ਚਿਰ ਰੋਂਦੀ ਰਹੀ ਸੀ ਜੋਗੀ ਨੇ ਬੋਰੀ ਉੱਤੇ ਸੱਪ ਰੱਖ ਦਿੱਤਾ ਸੀ ਬੀਨ ਵੱਜਦੀ ਰਹੀ ਮੈਂ ਰੋਂਦੀ ਰਹੀ ਸੱਪ ਆਪਣਾ ਫਨ ਹਿਲਾਉਂਦਾ ਰਿਹਾ ਤੂੰ ਵੇਖਦਾ ਤੇ ਸੁਣਦਾ ਰਿਹਾ ਅੱਜ ਤੱਕ ਵੇਖਦਾ ਰਿਹਾ ਹੈ ਨਾ ਸਵਰਨੀ ਨੇ ਉਹਦੇ ਅੱਗੇ ਸਾਰੇ ਹੀ ਭੇਦ ਖੋਲ ਦਿੱਤਾ ਉਤਰਬ ਕਿਹਾ ਉਹ ਅਦ ਨਿੰਦਰੇ ਤੋਂ ਸੁਚੇਤ ਅਵਸਥਾ 'ਚ ਆਇਆ ਸਵਰਨੀ ਕਿਤੇ ਨਹੀਂ ਸੀ ਪਰ ਕੜਾ ਪ੍ਰਸ਼ਾਦ ਦੀ ਖੁਸ਼ਬੂ ਹਾਰਮੋਨੀਅਮ ਤੇ ਬੀਨ ਦੀਆਂ ਸੁਰਾਂ ਤੇ ਝੂਲਦਾ ਹੋਇਆ ਫਨੀਅਰ ਸੱਪ ਇਥੇ ਸਨ ਧੰਨਵਾਦ